ਇੱਕ ਬਿਜ਼ਨਸਮੈਨ ਤੇ ਇੱਕ ਔਰਤ ਮੌਰਗੇਜ ਬ੍ਰੋਕਰ ਨੂੰ ਟੋਰਾਂਟੋ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਕਾਤਲ ਨੇ ਆਪ ਵੀ ਖੁਦਕੁਸ਼ੀ ਕਰ ਲਈ ਤੇ ਉਹਨੇ ਇਸ ਜੋ ਕੁਝ ਵੀ ਵਾਪਰਿਆ ਇਹਦੇ ਵਾਸਤੇ ਵਕੀਲਾਂ ਨੂੰ ਹੀ ਇਸ ਖੂਨੀ ਸਾਕੇ ਲਈ ਪੂਰਨ ਤੌਰ ਤੇ ਜ਼ਿੰਮੇਦਾਰ ਠਹਿਰਾਇਆ। ਅਸਲ ਵਿੱਚ ਹੋਇਆ ਕੀ ਹੈ ਜੀ, ਹੱਥ ਘੁੱਟ ਘੁੱਟ ਕੇ ਜਮ੍ਹਾਂ ਕੀਤੀ ਸਾਰੀ ਬੱਚਤ ਹੀ ਲੁੱਟੀ ਜਾਵੇ ਤੇ ਉਸਨੂੰ ਪੱਕਾ ਯਕੀਨ ਹੋ ਜਾਵੇ ਕਿ ਪੁਲਿਸ ਜਾਂ ਅਦਾਲਤਾਂ ਉਸਦੀ ਮਦਦ ਨਹੀਂ ਕਰ ਸਕਣਗੀਆਂ, ਤਾਂ ਉਹ ਫਿਰ ਸੋਚਦਾ ਕਿ ਮੈਨੂੰ ਬਰਬਾਦ ਕਰਨ ਵਾਲਿਆਂ ਨੂੰ ਜਿਉਂਦੇ ਰਹਿਣ ਦਾ ਵੀ ਕੋਈ ਹੱਕ ਨਹੀਂ ਤੇ ਇਨਸਾਫ਼ ਲੈਣ ਲਈ ਉਸਦੀ ਜਿਹੜੀ ਸੋਚੀ ਹੋਈ ਸਕੀਮ ਇਸ ਤਰ੍ਹਾਂ ਦੀ ਖੂਨੀ ਖੇਡ ਨਾਲ ਹੀ ਖਤਮ ਹੁੰਦੀ ਹੈ ਜੀ। ਜਿਹੜਾ ਕਾਤਲ ਸੀ ਐਲਨ ਕੈਟਸ, ਉਹਦੀ ਵਿਧਵਾ ਦੇ ਮੁਤਾਬਕ ਉਹ ਕਿਹੜੇ ਕਿਹੜੇ ਕਾਰਨ ਸਨ ਕਿ ਉਸ ਦੇ ਪਤੀ ਨੇ ਦੋਹਰਾ ਕਤਲ ਕੀਤਾ ਤੇ ਫਿਰ ਖੁਦਕੁਸ਼ੀ ਕਰ ਲਈ ਜੀ? ਕੈਟਸ ਪਰਿਵਾਰ ਨੇ ਜਦੋਂ ਧੋਖਾਧੜੀ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਭਰ ਦੀ ਬੱਚਤ ਸਮੇਤ ਆਪਣਾ ਘਰ ਵੀ ਗੁਆ ਦਿੱਤਾ ਤਾਂ ਐਲਨ ਕੈਟਸ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਜੀ। ਪ੍ਰੀਆ ਵਿਦੇਸ਼ਾ ਸਰੀ ਦੀ ਇੱਕ ਸਟੋਰ 'ਚ ਕੰਮ ਕਰਦੀ ਸੀ ਅਤੇ ਉਸਦੀ ਤੇਜ਼ ਨਜ਼ਰਾਂ ਨੇ ਇੱਕ ਬਜ਼ੁਰਗ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਰੋਕਣ ਵਿੱਚ ਹੈਲਪ ਕੀਤੀ। ਵਿਦੇਸ਼ਾ ਨੇ ਜੀ ਇੱਕ ਬਜ਼ੁਰਗ ਨੂੰ ਦੇਖਿਆ ਜੋ ਫੋਨ 'ਤੇ ਕਿਸੇ ਨਾਲ ਗੱਲ ਕਰਦੇ ਹੋਏ ਬਿਟਕੋਇਨ ਨਾਂ ਦੀ ਕੋਈ ਚੀਜ਼ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਡਿਜੀਟਲ ਕਰੰਸੀ ਹੁੰਦੀ ਹੈ ਜੀ, ਅਤੇ ਉਸਨੂੰ ਤੁਰੰਤ ਸ਼ੱਕ ਹੋਇਆ ਕਿ ਕੋਈ ਬਜ਼ੁਰਗ ਨੂੰ ਧੋਖਾ ਦੇ ਰਿਹਾ ਜੀ। ਉਹ ਬਜ਼ੁਰਗ ਉਸਦੀ ਮਦਦ ਵੀ ਨਹੀਂ ਸੀ ਚਾਹੁੰਦਾ, ਪਰ ਉਸਨੇ ਪੁਲਿਸ ਨੂੰ ਫੋਨ ਕੀਤਾ ਅਤੇ ਬਜ਼ੁਰਗ ਨੂੰ ਉਦੋਂ ਤੱਕ ਉੱਥੇ ਰੱਖਿਆ, ਸਟੋਰ 'ਚ ਇੰਤਜ਼ਾਰ ਕਰਨ ਲਈ ਰੋਕੀ ਰੱਖਿਆ ਜਦੋਂ ਤੱਕ ਪੁਲਿਸ ਨਹੀਂ ਆਈ। ਕਾਲਰ ਆਈ ਡੀ ਦੇ ਉੱਤੇ ਕੈਨੇਡਾ ਸਰਕਾਰ ਲਿਖਿਆ ਹੋਵੇ ਜਾਂ RCMP ਲਿਖਿਆ ਹੋਵੇ, CRA ਲਿਖਿਆ ਹੋਵੇ, ਤਾਂ ਫਿਰ ਵੀ ਸ਼ੱਕ ਸਾਨੂੰ ਕਰਨਾ ਚਾਹੀਦਾ ਜੀ? ਇਹਦੇ ਕ੍ਰਿਮੀਨਲਸ ਹੈ ਜੀ, ਇਹਨਾਂ ਕੋਲ ਅਜਿਹੀਆਂ ਡਿਵਾਈਸਿਸ ਹਨ ਜੋ ਕਾਲ ਡਿਸਪਲੇ 'ਤੇ ਕੁਝ ਵੀ ਕਹਿ ਸਕਦੀਆਂ ਜੋ ਚਾਹੁੰਦੇ ਆ ਜੀ। ਭਾਵੇਂ ਕਾਲ ਡਿਸਪਲੇ ਅਨੁਸਾਰ ਫੋਨ ਕਾਲ ਤੁਹਾਡੀ ਬੈਂਕ ਤੋਂ ਹੀ ਕਿਉਂ ਨਾ ਆਇਆ ਹੋਵੇ, ਫਿਰ ਵੀ ਤੁਹਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਅਤੇ ਕਦੇ ਵੀ ਕਿਸੇ ਕੈਨੇਡਾ ਦੇ ਵਿੱਚ ਧੋਖਾਧੜੀ ਕਰਨ ਵਾਲੇ ਦੂਜੇ ਦੇਸ਼ਾਂ ਵਿੱਚ ਬੈਠੇ ਲੋਕਾਂ ਤੱਕ ਵੀ ਕੈਨੇਡੀਅਨ ਕਾਨੂੰਨ ਪਹੁੰਚ ਸਕਦਾ ਕਿ ਨਹੀਂ ਜੀ? ਅਮਰੀਕਾ ਅਸਲ ਵਿੱਚ ਦੂਜੇ ਦੇਸ਼ਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਨਿਆਂ ਦਾ ਸਾਹਮਣਾ ਕਰਨ ਲਈ ਅਮਰੀਕਾ ਲਿਆਵੇਗਾ। ਕੈਨੇਡਾ ਆਮ ਤੌਰ 'ਤੇ ਸਿਰਫ ਤਾਂ ਹੀ ਗ੍ਰਿਫਤਾਰ ਕਰੂਗਾ ਜੇ ਉਹ ਵਿਅਕਤੀ ਕੈਨੇਡਾ 'ਚ ਦਿਖਾਈ ਦਿੰਦੇ। ਅਤੇ ਨਿਵੇਸ਼ ਕਰਦੇ ਵੇਲੇ ਇਹਨਾਂ ਲੁਟੇਰਿਆਂ ਦੇ ਕਿਹੜੇ ਐਕਸ਼ਨਾਂ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ ਜਿਹੜੇ ਸ਼ੱਕੀ ਲੱਗਦੇ ਹੋਣ ਜੀ? ਉਹ ਤੁਹਾਡੇ 'ਤੇ ਖਰੀਦ ਕਰਨ ਲਈ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਐਲਨ ਕੈਟਸ ਕੇਸ ਵਿੱਚ ਵੀ ਇਸ ਤਰ੍ਹਾਂ ਹੀ ਵਾਪਰਿਆ ਜੀ। ਵੱਡੇ ਫਾਇਦੇ ਅਤੇ ਘੱਟੋ ਘੱਟ ਨੁਕਸਾਨ ਹੋਣ ਦੇ ਦਾਅਵੇ ਕਰਨਗੇ ਜੀ ਜਾਂ ਵਾਅਦੇ ਕਰਨਗੇ। ਕੀ ਇਹ ਸੱਚ ਹੈ ਜੀ ਕਿ ਜ਼ਿਆਦਾਤਰ ਲੋਕਾਂ ਨਾਲ ਧੋਖਾ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ? ਜਿੱਥੇ ਕਤਲ ਹੁੰਦੇ ਆ ਉੱਥੇ ਵੀ ਕੋਈ ਨਾ ਕੋਈ ਤੁਹਾਡੀ ਰਿਲੇਸ਼ਨਸ਼ਿਪ ਹੁੰਦੀ, ਨਜ਼ਦੀਕੀ ਹੁੰਦੀ ਹੈ, ਤੁਹਾਨੂੰ ਤੁਸੀਂ ਜਾਣ ਪਛਾਣ ਹੁੰਦੀ ਆ, ਉੱਥੇ ਆਮ ਤੌਰ 'ਤੇ ਕਤਲ ਦੇ ਕੇਸ ਹੁੰਦੇ ਆ। ਪਰ ਡੇਰਾ ਰਾਵ ਦੇ ਵਿੱਚ ਸਾਡੀ ਆਈਡੈਂਟੀ ਚੋਰੀ ਹੁੰਦੀ ਹੈ, ਉਹਦੇ ਤੋਂ ਕਿਵੇਂ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ ਜੀ? ਇਸ ਤੋਂ ਪਹਿਲਾਂ ਕਿ ਕੋਈ ਤੁਹਾਡੀ ਪਛਾਣ ਚੋਰੀ ਕਰ ਲਵੇ, ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖੋ। ਚੋਰਾਂ ਨੂੰ ਤੁਹਾਡਾ ਨਾਂ, ਡੇਟ ਆਫ ਬਰਥ, ਸੋਸ਼ਲ ਇੰਸ਼ੋਰੈਂਸ ਨੰਬਰ ਅਤੇ ਹੋਰ ਜਾਣਕਾਰੀ ਦੀ ਲੋੜ ਹੁੰਦੀ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਹਰ ਕਾਗਜ਼ ਪੱਤਰ ਨੂੰ ਸ਼ਰੈਡ ਕਰ ਦਿਓ ਜਿਸ 'ਤੇ ਵੀ ਤੁਹਾਡਾ ਨਾਂ ਜਾਂ ਕੋਈ ਪਰਸਨਲ ਇਨਫੋਰਮੇਸ਼ਨ ਹੈ ਜੀ। ਅੱਜ ਅਸੀਂ ਗੱਲ ਕਰਾਂਗੇ ਜਿਹੜੇ ਫਰੋਡ ਪ੍ਰੋਟੈਕਸ਼ਨ ਆਪਾਂ ਕਿਵੇਂ ਕਰਨੀ ਹੈ, ਜਿਹੜੀ ਇਨਵੈਸਟਮੈਂਟ ਹੁੰਦੀ ਹੈ ਉਸ ਦੇ ਵਿੱਚ ਜਿਹੜੇ ਸਕੈਮ ਹੁੰਦੇ ਨੇ ਉਹਦੀ ਅੱਜ ਗੱਲ ਕਰਨਗੇ ਵਕੀਲ ਬ੍ਰਿਜਮੋਹਨ ਜੀ। ਕੈਨੇਡਾ ਭਰ ਵਿੱਚ ਪੰਜਾਬੀ ਭਾਈਚਾਰੇ ਦੇ ਮੰਨੇ ਪ੍ਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਧੜੱਲੇਦਾਰ ਵਕੀਲ ਨੇ ਬ੍ਰਿਜਮੋਹਨ ਜੀ।
ਸਾਡੇ ਨਾਲ ਇਸ ਵੇਲੇ ਸ਼ਾਮਲ ਹੋ ਰਹੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਕੀਲ ਬ੍ਰਿਜਮੋਹਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਵੈਰੀ ਗੁੱਡ ਮੋਰਨਿੰਗ ਜੀ। ਗੁੱਡ ਮੋਰਨਿੰਗ ਰਿਸ਼ੀ ਜੀ, ਬਹੁਤ ਧੰਨਵਾਦ ਜੀ। ਅਤੇ ਵਕੀਲ ਸਾਹਿਬ, ਅਜੇ ਇੱਕ ਬਿਜ਼ਨਸਮੈਨ ਅਤੇ ਇੱਕ ਔਰਤ ਮੋਰਗੇਜ ਬ੍ਰੋਕਰ ਨੂੰ ਟੋਰਾਂਟੋ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਕਾਤਲ ਨੇ ਆਪ ਵੀ ਖੁਦਕੁਸ਼ੀ ਕਰ ਲਈ ਅਤੇ ਉਹਨੇ ਇਸ ਜੋ ਕੁਝ ਵੀ ਵਾਪਰਿਆ ਇਹਦੇ ਵਾਸਤੇ ਵਕੀਲਾਂ ਨੂੰ ਹੀ ਇਸ ਖੂਨੀ ਸਾਕੇ ਲਈ ਪੂਰਨ ਤੌਰ 'ਤੇ ਜ਼ਿੰਮੇਦਾਰ ਠਹਿਰਾਇਆ। ਅਸਲ ਵਿੱਚ ਹੋਇਆ ਕੀ ਹੈ ਜੀ? ਰਿਸ਼ੀ ਜੀ, ਜਦੋਂ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਭਰ ਦੀ ਹੱਥ ਘੁੱਟ ਘੁੱਟ ਕੇ ਜਮ੍ਹਾਂ ਕੀਤੀ ਸਾਰੀ ਬੱਚਤ ਹੀ ਲੁੱਟੀ ਜਾਵੇ ਅਤੇ ਉਸਨੂੰ ਪੱਕਾ ਯਕੀਨ ਹੋ ਜਾਵੇ ਕਿ ਪੁਲਿਸ ਜਾਂ ਅਦਾਲਤਾਂ ਉਸਦੀ ਮਦਦ ਨਹੀਂ ਕਰ ਸਕਣਗੀਆਂ, ਤਾਂ ਉਹ ਫਿਰ ਸੋਚਦਾ ਕਿ ਮੈਨੂੰ ਬਰਬਾਦ ਕਰਨ ਵਾਲਿਆਂ ਨੂੰ ਜਿਉਂਦੇ ਰਹਿਣ ਦਾ ਵੀ ਕੋਈ ਹੱਕ ਨਹੀਂ ਅਤੇ ਇਨਸਾਫ਼ ਲੈਣ ਲਈ ਉਸਦੀ ਜਿਹੜੀ ਸੋਚੀ ਹੋਈ ਸਕੀਮ ਇਸ ਤਰ੍ਹਾਂ ਦੀ ਖੂਨੀ ਖੇਡ ਨਾਲ ਹੀ ਖਤਮ ਹੁੰਦੀ ਹੈ ਜੀ। ਕੈਨੇਡਾ ਵਰਗੇ ਦੇਸ਼ 'ਚ ਵੀ ਬਹੁਤੇ ਲੋਕ ਹਰ ਰੋਜ਼ ਵੱਖ ਵੱਖ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦਾ ਸ਼ਿਕਾਰ ਹੁੰਦੇ ਹੈ ਜੀ। ਅਜੋਕੇ ਦੌਰ 'ਚ ਡਕੈਤੀਆਂ ਜਾਂ ਲੁੱਟਾਂ ਖੋਹਾਂ ਸਿਰਫ ਬੰਦੂਕ ਜਾਂ ਚਾਕੂ ਵਰਤ ਕੇ ਨਹੀਂ ਕੀਤੀਆਂ ਜਾਂਦੀਆਂ, ਉਸਦੇ ਉਲਟ ਅੱਜ ਕੱਲ੍ਹ ਦੇ ਜਿਹੜੇ ਡਾਕੂ ਜੀ ਮਿੱਠੀ ਬੋਲੀ ਬੋਲ ਕੇ ਅਤੇ ਜੈਂਟਲਮੈਨ ਬਣ ਕੇ ਧੋਖਾਧੜੀ ਦਾ ਅਜਿਹਾ ਜਾਲ ਵਿਛਾਉਂਦੇ ਹਨ ਕਿ ਲੋਕਾਂ ਨੂੰ ਉਹਨਾਂ ਦੇ ਸ਼ੁਭ ਚਿੰਤਕ ਹੋਣ ਦਾ ਇੰਨਾ ਜ਼ਿਆਦਾ ਵਿਸ਼ਵਾਸ ਕਰਵਾ ਦਿੰਦੇ ਹਨ ਵੀ ਉਹਨਾਂ ਦੇ ਇੰਨੇ ਵੈਲਵਿਸ਼ਰ ਆ ਕਿ ਲੋਕ ਇਹਨਾਂ ਦੇ ਪ੍ਰੇਮ ਜਾਲ 'ਚ ਅਜਿਹੇ ਉਲਝਦੇ ਹਨ ਕਿ ਆਪਣੀ ਜ਼ਿੰਦਗੀ ਭਰ ਦੀ ਜਿਹੜੀ ਲਾਈਫ ਸੇਵਿੰਗ ਹੈ ਆਪਣੀ ਮਰਜ਼ੀ ਨਾਲ ਹੀ ਇਹਨਾਂ ਲੁਟੇਰਿਆਂ ਨੂੰ ਆਪਣੇ ਹੀ ਹੱਥਾਂ ਨਾਲ ਸੌਂਪ ਦਿੰਦੇ ਹੈ ਜੀ। ਜਿਸ ਵਿਅਕਤੀ ਨੇ ਵੀ ਤੁਹਾਡੇ ਕੋਲੋਂ ਸਭ ਕੁਛ ਧੋਖਾਧੜੀ ਕਰਕੇ ਲੁੱਟ ਲਿਆ ਹੋਵੇ ਉਸ ਵਿਅਕਤੀ ਦਾ ਕਤਲ ਹੋਣ ਦੀ ਸੰਭਾਵਨਾ ਬਹੁਤ ਹੀ ਵੱਧ ਜਾਂਦੀ ਹੈ ਅਤੇ ਇਸ ਤਰ੍ਹਾਂ ਕਤਲ ਹੁੰਦੇ ਵੀ ਹਨ। ਇਸ ਕੇਸ 'ਚ ਵੀ ਅਜਿਹਾ ਹੀ ਵਾਪਰਿਆ ਜਾਪਦਾ ਹੈ, ਪਰ ਬਾਏ ਦਾ ਐਂਡ ਆਫ ਦਾ ਡੇ ਰਿਸ਼ੀ ਜੀ, ਵਾਇਲੈਂਸ ਕਿਸੇ ਵੀ ਤਰੀਕੇ ਨਾਲ ਯੂਨੋ ਆਪਾਂ ਉਹਨੂੰ ਬੜਾਵਾ ਨਹੀਂ ਦੇ ਸਕਦੇ, ਬਿਕੋਜ਼ ਵਾਇਲੈਂਸ ਇਜ਼ ਨਾਟ ਦਾ ਰੈਜ਼ੋਲੂਸ਼ਨ ਆਫ ਐਨੀ ਪ੍ਰੋਬਲਮ ਜੀ। ਅਤੇ ਇਸ ਖੂਨੀ ਹਾਦਸੇ ਦੇ ਵਾਪਰਨ ਪਿੱਛੇ ਕਾਰਨ ਕੀ ਸਨ ਜੀ? ਅਰਸ਼ ਮਿਸਾਕੀ ਅਤੇ ਸਮੀਰਾ ਯੂਸਫ ਆਪਣੇ ਟੋਰਾਂਟੋ ਸਥਿਤ ਦਫ਼ਤਰ 'ਚ ਜੀ ਕੰਮ ਕਰ ਰਹੇ ਸਨ ਜਦੋਂ ਉਹਨਾਂ ਦਾ ਇੱਕ ਪੁਰਾਣਾ ਕਲਾਇੰਟ ਬਿਨਾਂ ਕਿਸੇ ਅਪੁਆਇੰਟਮੈਂਟ ਦੇ ਉੱਥੇ ਆ ਧਮਕਿਆ ਜੀ। ਉਸਨੇ ਦੋਵਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ ਜੀ। ਕਾਤਲ ਵਿਅਕਤੀ ਨੇ ਕਤਲ ਕਰਨ ਤੋਂ ਪਹਿਲਾਂ ਆਪਣੇ ਛੱਡੇ ਹੋਏ ਸੁਸਾਈਡ ਨੋਟ 'ਚ ਇਸ ਬਿਜ਼ਨਸਮੈਨ ਅਤੇ ਮੌਰਗੇਜ ਬ੍ਰੋਕਰ ਨੂੰ ਕਤਲ ਕਰਨ ਦੇ ਕਾਰਨਾਂ ਬਾਰੇ ਦੱਸਿਆ ਕਿ ਇਹਨਾਂ ਦੋਵਾਂ ਨੂੰ ਕਿਉਂ ਕਤਲ ਕੀਤਾ ਗਿਆ ਜੀ। ਕਾਤਲ ਆਪਣੇ ਪਿੱਛੇ ਆਪਣੀ ਵਾਈਫ ਅਤੇ ਦੋ ਮਾਸੂਮ ਬੱਚਿਆਂ ਨੂੰ ਵੀ ਛੱਡ ਗਿਆ ਜੀ। ਅਤੇ ਹੁਣ ਜਿਹੜਾ ਕਾਤਲ ਸੀ ਐਲਨ ਕੈਟਸ, ਉਹਦੀ ਵਿਧਵਾ ਦੇ ਮੁਤਾਬਕ ਉਹ ਕਿਹੜੇ ਕਿਹੜੇ ਕਾਰਨ ਸਨ ਕਿ ਉਸ ਦੇ ਪਤੀ ਨੇ ਦੋਹਰਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ ਜੀ? ਕੈਟਸ ਪਰਿਵਾਰ ਨੇ ਜਦੋਂ ਧੋਖਾਧੜੀ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਭਰ ਦੀ ਬੱਚਤ ਸਮੇਤ ਆਪਣਾ ਘਰ ਵੀ ਗੁਆ ਦਿੱਤਾ ਤਾਂ ਐਲਨ ਕੈਟਸ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਜੀ। ਉਹਨਾਂ ਨੇ ਆਪਣੇ ਪੈਸੇ ਵਾਪਸ ਲੈਣ ਲਈ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ ਮੁਕੱਦਮਾ ਬਹੁਤ ਹੀ ਜ਼ਿਆਦਾ ਉਲਝਦਾ ਗਿਆ। ਇੱਥੋਂ ਤੱਕ ਕਿ ਮਾਣਯੋਗ ਜੱਜ ਸਾਹਿਬਾਨਾ ਨੇ ਵੀ ਇਹ ਨਸ਼ਰ ਕੀਤਾ ਕਿ ਜਿਹੜਾ ਅਰਸ਼ ਨਸਾਗੀ ਇੱਕ ਉੱਚ ਦਰਜੇ ਦਾ ਧੋਖੇਬਾਜ਼ ਸੀ ਅਤੇ ਉਹ ਲੁੱਟੇ ਹੋਏ ਪੈਸੇ ਨੂੰ ਅਦਾਲਤਾਂ ਦੀ ਪਹੁੰਚ ਤੋਂ ਅਸਮਰਥ ਕਰਨ ਲਈ ਬਹੁਤ ਹੀ ਵਧੀਆ ਪ੍ਰਬੰਧਕੀ ਲੁਟੇਰਾ ਸੀ ਜੀ। ਫਿਰ ਪਰਿਵਾਰ ਨੂੰ ਪਤਾ ਲੱਗਿਆ ਕਿ ਉਹ ਇਕੱਲੇ ਹੀ ਨਹੀਂ ਇਹਨਾਂ ਧੋਖਾਧੜੀ ਦਾ ਸ਼ਿਕਾਰ ਬਣੇ, ਸਗੋਂ ਅਜਿਹਾ ਪ੍ਰਤੀਤ ਹੁੰਦਾ ਕਿ ਇਹ ਧੋਖੇਬਾਜ਼ ਪਿਛਲੇ ਕੁਛ ਸਾਲਾਂ ਦੌਰਾਨ ਹੀ ਕਈ ਪਰਿਵਾਰਾਂ ਨੂੰ ਚੂਨਾ ਲਾ ਕੇ ਉਹਨਾਂ ਕੋਲੋਂ ਕਰੋੜਾਂ ਹੀ ਪੈਸਾ ਲੁੱਟਣ ਵਾਲੇ ਅਪਰਾਧੀ ਬਣ ਚੁੱਕੇ ਸਨ ਜੀ। ਐਲਨ ਕੈਟਸ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਚੁੱਕਾ ਸੀ ਕਿ ਕੈਨੇਡਾ ਅਤੇ ਅਮੈਰੀਕਾ 'ਚ ਪੁਲਿਸ, ਅਦਾਲਤਾਂ ਅਤੇ ਹੋਰ ਜ਼ੁਲਮ ਰੋਕਣ ਵਾਲੀਆਂ ਇੰਸਟੀਟਿਊਸ਼ਨਸ, ਸੰਸਥਾਵਾਂ
ਲੋਕਾਂ ਨੂੰ ਅਪਰਾਧੀਆਂ ਦੇ ਧੋਖੇ ਦਾ ਸ਼ਿਕਾਰ ਹੋਣ ਤੋਂ ਰੋਕਣ 'ਚ ਕਾਮਯਾਬ ਨਹੀਂ ਹੋ ਸਕਦੀਆਂ। ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸਨੂੰ ਆਪ ਹੀ ਇਹਨਾਂ ਫਰੌਡਸਟਰਸ ਨੂੰ ਜਾਨੋਂ ਮਾਰਨਾ ਪਵੇਗਾ ਤਾਂ ਜੋ ਹੋਰ ਕੋਈ ਵੀ ਪਰਿਵਾਰ ਫਿਰ ਕਦੇ ਵੀ ਇਹਨਾਂ ਦਾ ਸ਼ਿਕਾਰ ਨਾ ਬਣ ਸਕੇ। ਤੇ ਮਿਸਾਗੀ ਲੋਕਾਂ ਨੂੰ ਧੋਖੇ ਦਾ ਸ਼ਿਕਾਰ ਕਿਵੇਂ ਬਣਾਉਂਦਾ ਸੀ ਜੀ? ਐਲਨ ਕੈਟਸ ਦੁਆਰਾ ਕਤਲ ਕੀਤੇ ਜਾਣ ਤੋਂ ਪਹਿਲਾਂ ਜੀ ਸਾਲਾਂ ਬੱਧੀ ਅਰਸ਼ ਮਿਸਾਗੀ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇ ਚੁੱਕਾ ਸੀ। ਕੈਟਸ ਪਰਿਵਾਰ ਟੋਰੋਂਟੋ 'ਚ ਇੱਕ ਮੋਰਗੇਜ ਫ੍ਰੀ ਘਰ ਦੇ ਮਾਲਕ ਸਨ। ਉਹਨਾਂ ਨੇ ਮਿਸਾਗੀ ਦੁਆਰਾ ਨਿੱਜੀ ਮੋਰਗੇਜ ਦੇਣ ਵਾਲੀ ਕੰਪਨੀ 'ਚ ਇਨਵੈਸਟ ਕਰਨ ਲਈ ਆਪਣੇ ਘਰ ਨੂੰ ਗਿਰਵੀ ਰੱਖ ਕੇ ਕਰਜ਼ਾ ਚੁੱਕ ਲਿਆ ਜੀ। ਅਰਸ਼ ਕੋਲ ਰੀਅਲ ਸਟੇਟ ਵਕੀਲ ਸਨ ਜੋ ਕੈਟਸ ਨੂੰ ਇਹ ਦਿਖਾਉਣ ਲਈ ਜਾਅਲੀ ਡਾਕੂਮੈਂਟਸ ਬਣਾਉਣ 'ਚ ਉਸਦੇ ਨਾਲ ਕੰਮ ਕਰ ਰਹੇ ਸਨ ਕਿ ਉਹਨਾਂ ਦੇ ਪੈਸੇ ਸਹੀ ਢੰਗ ਨਾਲ ਇਨਵੈਸਟ ਕੀਤੇ ਜਾ ਰਹੇ ਹਨ ਜੀ। ਅਰਸ਼ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਠੱਗ ਰਿਹਾ ਸੀ ਉਹਨਾਂ ਨੂੰ ਧੋਖਾ ਦੇਣ 'ਚ ਈਵਨ ਐਕਟਰਸ ਨੂੰ ਵੀ ਹਾਇਰ ਕੀਤਾ ਹੋਇਆ ਸੀ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਨਹੀਂ ਸੀ ਕਿ ਅਰਸ਼ ਦਾ ਕਤਲ ਉਸ ਤੋਂ ਬਾਅਦ ਹੋਇਆ ਜਦੋਂ ਉਹ ਕਿੰਨੇ ਹੀ ਲੋਕਾਂ ਨੂੰ ਬਰਬਾਦ ਕਰ ਚੁੱਕਾ ਸੀਗਾ ਜੀ। ਤੇ ਅਰਸ਼ ਮਿਸਾਗੀ ਤੇ ਕਈ ਵਾਰ ਦੋਸ਼ ਲੱਗੇ ਨੇ, ਮੁਕੱਦਮੇ ਵੀ ਚਲਾਏ ਗਏ ਸਨ, ਪਰ ਲੱਗਦਾ ਹੈ ਕਿ ਕੈਨੇਡੀਅਨ ਤੇ ਅਮਰੀਕਨ ਕਾਨੂੰਨ ਉਸ ਨੂੰ ਨੱਥ ਪਾਉਣ ਵਿੱਚ ਫੇਲ ਹੋਏ, ਇਹ ਥੋੜਾ ਸਮਝਾ ਸਕਦੇ ਹੋ ਜੀ? ਅਰਸ਼ ਤੇ ਕਈ ਵਾਰ ਵੱਡੀਆਂ ਇਨਵੈਸਟੀਗੇਸ਼ਨ ਕਰਨ ਉਪਰੰਤ ਦੋਸ਼ ਵੀ ਲਗਾਏ ਗਏ ਪਰ ਹਰ ਵਾਰੀ ਇਹਨਾਂ ਦੋਸ਼ਾਂ ਤੋਂ ਉਹ ਬਰੀ ਹੋ ਜਾਂਦਾ ਸੀ ਜੀ। ਉਸ ਤੇ ਕਈ ਵਾਰ ਦਾਅਵੇ ਵੀ ਹੋਏ ਸਨ ਪਰ ਉਸਨੇ ਜੋ ਪੈਸਾ ਚੋਰੀ ਕੀਤਾ ਸੀ ਉਹ ਕਦੇ ਵੀ ਪ੍ਰਾਪਤ ਨਹੀਂ ਹੋ ਸਕਿਆ ਜੀ। ਆਪਣੀਆਂ ਧੋਖਾਧੜੀਆਂ ਲਈ ਉਸਨੇ ਜਿਹਨਾਂ ਵਕੀਲਾਂ ਦੀ ਵਰਤੋਂ ਕੀਤੀ ਉਹਨਾਂ ਦੇ ਲਾਇਸੈਂਸ ਤਾਂ ਜ਼ਰੂਰ ਰੱਦ ਹੋ ਗਏ ਜੀ, ਪਰ ਅਰਸ਼ ਆਲਮੋਸਟ ਅਨਟੱਚੇਬਲ ਰਿਹਾ ਜੀ। ਧੋਖਾਧੜੀ ਨੂੰ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੋ ਸਕਦਾ ਜੀ ਅਤੇ ਸਾਡਾ ਸਿਸਟਮ ਦੋਸ਼ੀ ਸਾਬਤ ਹੋਣ ਤੱਕ ਕਿਸੇ ਵੀ ਦੋਸ਼ੀ ਨੂੰ ਨਿਰਦੋਸ਼ ਮੰਨਦਾ। ਇਸ ਲਈ ਕੈਟਸ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣਾ ਪਿਆ। ਉਸਨੇ ਰੈਸ ਨੂੰ ਦੋਸ਼ੀ ਠਹਿਰਾਇਆ ਅਤੇ ਉਸਦੇ ਕ੍ਰਾਈਮਸ ਦੇ ਉਸਦੇ ਲਈ ਮੌਤ ਦੀ ਸਜ਼ਾ ਉਹਨੇ ਆਪਣੇ ਵੱਲੋਂ ਹੀ ਸੁਣਾ ਦਿੱਤੀ ਜੀ। ਅਰਸ਼ ਮਿਸਾਗੀ ਸਦਾ ਹੀ ਕਾਨੂੰਨ ਦੇ ਤਹਿਤ ਕਿਸੇ ਵੀ ਸਜ਼ਾ ਤੋਂ ਬਚ ਕੇ ਰਿਹਾ, ਜਿਵੇਂ ਤੁਸੀਂ ਦੱਸਿਆ ਵੀ ਆ ਜੀ, ਪਰ ਚਾਰ ਵਕੀਲਾਂ ਦੇ ਲਾਇਸੈਂਸ ਵੀ ਰੱਦ ਹੋ ਗਏ, ਇਹ ਕਿਵੇਂ ਹੋਇਆ ਜੀ, ਥੋੜ੍ਹਾ ਜਿਹਾ ਦੱਸੋਗੇ? ਵਕੀਲਾਂ ਦੀ ਮਦਦ ਬਿਨਾਂ ਅਰਸ਼ ਲਈ ਆਪਣੀ ਧੋਖਾਧੜੀ ਦਾ ਚੱਕਰ ਵੀ ਚਲਾਉਣਾ ਕਦੇ ਵੀ ਸੰਭਵ ਨਹੀਂ ਹੋਣਾ ਸੀ ਜੀ। ਐਲਨ ਕੈਟਸ ਨੇ ਆਪਣੇ ਸੁਸਾਈਡ ਨੋਟ ਵਿੱਚ ਦੋ ਵਕੀਲਾਂ ਦੇ ਨਾਂ ਬਿਆਨੇ ਸਨ ਜੋ ਪੁਲਿਸ ਨੂੰ ਅਰਸ਼ ਅਤੇ ਸਮੀਰਾ ਨੂੰ ਕਤਲ ਕਰਨ ਤੋਂ ਬਾਅਦ ਮਿਲੇ ਜੀ। ਵਕੀਲਾਂ ਤੇ ਜਨਤਾ ਲਾਇਰ ਤੇ ਆਪਣਾ ਰਿਸ਼ੀ ਜੀ, ਜਨਤਾ ਹੀ ਨਹੀਂ ਅਦਾਲਤਾਂ ਅਤੇ ਸਰਕਾਰਾਂ ਵੀ ਭਰੋਸਾ ਕਰਦੀਆਂ ਨੇ। ਇਸ ਲਈ ਜਦੋਂ ਕੋਈ ਵਕੀਲ ਹੀ ਕ੍ਰਿਮੀਨਲ ਦੀ ਮਦਦ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ। ਇਹ ਧੰਦਾ ਉਦੋਂ ਤੱਕ ਜਾਰੀ ਰਹਿੰਦਾ ਜੀ ਜਦੋਂ ਤੱਕ ਕਿਸੇ ਇਮਾਨਦਾਰ ਵਕੀਲ ਨੂੰ ਇਸ ਬਾਰੇ ਭਿਣਕ ਨਹੀਂ ਪੈ ਜਾਂਦੀ ਜੀ। ਜ਼ਿਕਰਯੋਗ ਹੈ ਇਟਸ ਵਰਥ ਵੈਲ ਮੈਂਸ਼ਨਿੰਗ ਕਿ ਅਰਸ਼ ਨਾਲ ਜੁੜੇ ਵਕੀਲਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਕਾਨੂੰਨ ਦੇ ਤਹਿਤ ਸਜ਼ਾ ਵੀ ਉਹਨਾਂ ਨੂੰ ਮਿਲੀ, ਜਦੋਂ ਕਿ ਅਰਸ਼ ਉਦੋਂ ਤੱਕ ਫਰਾਰ ਹੀ ਰਿਹਾ ਜਦੋਂ ਤੱਕ ਉਸਦੇ ਕੀਤੇ ਜ਼ੁਰਮਾਂ ਲਈ ਉਸਦਾ ਕਤਲ ਨਹੀਂ ਹੋ ਗਿਆ ਜੀ। ਤੇ ਪ੍ਰਿਆ ਵਿਦੇਸ਼ਾ ਸਰੀ ਦੀ ਇੱਕ ਸਟੋਰ 'ਚ ਕੰਮ ਕਰਦੀ ਸੀ ਅਤੇ ਉਸਦੀ ਤੇਜ਼ ਨਜ਼ਰਾਂ ਨੇ ਇੱਕ ਬਜ਼ੁਰਗ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਰੋਕਣ ਵਿੱਚ ਹੈਲਪ ਕੀਤੀ, ਇਹਦੇ ਬਾਰੇ ਦੱਸੋਗੇ ਥੋੜ੍ਹਾ ਜਿਹਾ, ਇਹ ਕਿਹੜਾ ਮਾਮਲਾ ਜੀ? ਵਿਦੇਸ਼ਾ ਨੇ ਜੀ ਇੱਕ ਬਜ਼ੁਰਗ ਨੂੰ ਦੇਖਿਆ ਜੋ ਫੋਨ 'ਤੇ ਕਿਸੇ ਨਾਲ ਗੱਲ ਕਰਦੇ ਹੋਏ ਬਿਟਕੋਇਨ ਨਾਂ ਦੀ ਕੋਈ ਚੀਜ਼ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਡਿਜੀਟਲ ਕਰੰਸੀ ਹੁੰਦੀ ਹੈ ਜੀ, ਅਤੇ ਉਸਨੂੰ ਤੁਰੰਤ ਸ਼ੱਕ ਹੋਇਆ ਕਿ ਕੋਈ ਬਜ਼ੁਰਗ ਨੂੰ ਧੋਖਾ ਦੇ ਰਿਹਾ ਜੀ। ਉਹ ਬਜ਼ੁਰਗ ਉਸਦੀ ਮਦਦ ਵੀ ਨਹੀਂ ਸੀ ਚਾਹੁੰਦਾ ਪਰ ਉਸਨੇ ਪੁਲਿਸ ਨੂੰ ਫੋਨ ਕੀਤਾ ਅਤੇ ਬਜ਼ੁਰਗ ਨੂੰ ਉਦੋਂ ਤੱਕ ਉੱਥੇ ਰੱਖਿਆ
ਸਟੋਰ 'ਚ ਇੰਤਜ਼ਾਰ ਕਰਨ ਲਈ ਰੋਕੀ ਰੱਖਿਆ ਜਦੋਂ ਤੱਕ ਪੁਲਿਸ ਨਹੀਂ ਆਈ। ਜਿਵੇਂ ਹੀ ਪੁਲਿਸ ਆਈ, ਬਜ਼ੁਰਗ ਦੀ ਫੋਨ ਕਾਲ ਸ਼ਾਮਿਲ ਹੋਈ ਤਾਂ ਤੁਰੰਤ ਹੀ ਫੋਨ ਕਰਨ ਵਾਲੇ ਨੇ ਫੋਨ ਕੱਟ ਦਿੱਤਾ ਅਤੇ ਪੁਲਿਸ ਮੁਤਾਬਕ ਵਿਦੇਸ਼ਾਂ ਨੇ ਬਜ਼ੁਰਗ ਦੀ ਸਾਰੀ ਉਮਰ ਦੀ ਬੱਚਤ ਲੁੱਟ ਖੋਹ ਹੋਣ ਤੋਂ ਬਚਾ ਲਈ ਜੀ। ਇਹ ਫੋਨ ਕਰਨ ਵਾਲੇ ਠੱਗ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਜੀ ਜੋ ਕੈਨੇਡਾ 'ਚ ਜਾਂ ਤਾਂ ਬਿਲਕੁਲ ਹੀ ਨਵੇਂ ਪਹੁੰਚੇ ਇਮੀਗ੍ਰੈਂਟਸ ਹੋਣ ਜਾਂ ਐਲਡਰਲੀ ਬਜ਼ੁਰਗ ਅਵਸਥਾ 'ਚ ਹੋਣ। ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ਿਕਾਰ ਬਣਾਉਣਾ ਬਹੁਤ ਹੀ ਸੌਖਾ ਹੁੰਦਾ, ਉਹਨਾਂ ਲਈ ਇਹ ਬਹੁਤ ਸੌਖਾ ਟੀਚਾ ਹੁੰਦਾ ਜੀ। ਤੇ ਜੇ ਕਾਲਰ ਆਈ ਡੀ ਦੇ ਉੱਤੇ ਕੈਨੇਡਾ ਸਰਕਾਰ ਲਿਖਿਆ ਹੋਵੇ ਜਾਂ ਆਰ ਸੀ ਐਮ ਪੀ ਲਿਖਿਆ ਹੋਵੇ, ਸੀ ਆਰ ਏ ਲਿਖਿਆ ਹੋਵੇ, ਤਾਂ ਫਿਰ ਵੀ ਸ਼ੱਕ ਸਾਨੂੰ ਕਰਨਾ ਚਾਹੀਦਾ ਜੀ? ਜੀ ਹਾਂ, ਯੂਨੋ ਇਹਦੇ ਕ੍ਰਿਮੀਨਲਸ ਹੈ ਜੀ, ਇਹਨਾਂ ਕੋਲ ਅਜਿਹੀਆਂ ਡਿਵਾਈਸਿਸ ਹਨ ਜੋ ਕਾਲ ਡਿਸਪਲੇ 'ਤੇ ਕੁਝ ਵੀ ਕਹਿ ਸਕਦੀਆਂ ਜੋ ਚਾਹੁੰਦੇ ਹਨ ਜੀ। ਭਾਵੇਂ ਕਾਲ ਡਿਸਪਲੇ ਅਨੁਸਾਰ ਫੋਨ ਕਾਲ ਤੁਹਾਡੀ ਬੈਂਕ ਤੋਂ ਹੀ ਕਿਉਂ ਨਾ ਆਇਆ ਹੋਵੇ, ਫਿਰ ਵੀ ਤੁਹਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਅਤੇ ਕਦੇ ਵੀ ਕਿਸੇ ਨਿੱਜੇ ਜਾਣ ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਕਿਸੇ ਨਾਲ ਸਾਂਝਾ ਨਾ ਕਰੋ ਜਿਸਨੇ ਤੁਹਾਨੂੰ ਪਹਿਲੀ ਵਾਰ ਕਾਲ ਕੀਤੀ ਹੋਵੇ ਜੀ। ਫੋਨ ਕਰਨ ਵਾਲੇ ਤੋਂ ਉਸਦਾ ਨੰਬਰ ਮੰਗੋ ਤਾਂ ਕਿ ਤੁਸੀਂ ਉਹਨਾਂ ਨੂੰ ਵਾਪਸ ਕਾਲ ਕਰ ਸਕੋ ਅਤੇ ਫਿਰ ਇੰਟਰਨੈਟ 'ਤੇ ਉਸ ਨੰਬਰ ਦੀ ਜਾਂਚ ਕੀਤੀ ਜਾ ਸਕਦੀ ਹੈ ਜਾਂ ਸਰਕਾਰੀ ਦਫ਼ਤਰ 'ਤੇ ਓਫੀਸ਼ੀਅਲ ਨੰਬਰ ਜਾਂ ਈਮੇਲ 'ਤੇ ਕਾਲ ਕਰਕੇ ਸੱਚਾਈ ਦਾ ਪਤਾ ਕੀਤਾ ਜਾ ਸਕਦਾ ਹੈ। ਜੇ ਤੁਹਾਡਾ ਈਵਨ ਬੈਂਕ ਵੀ ਹੋਵੇ ਤਾਂ ਵੀ ਪੁੱਛੋ ਵੀ ਤੁਸੀਂ ਕੀ ਉਹਨਾਂ ਦੀ ਬ੍ਰਾਂਚ 'ਚ ਆ ਕੇ ਗੱਲਬਾਤ ਕਰ ਸਕਦੇ ਹੋ। ਇਹ ਤੁਹਾਡੇ 'ਤੇ ਨਿਰਭਰ ਕਰਦਾ ਵੀ ਤੁਸੀਂ ਆਪਣਾ ਨਾਂ ਅਤੇ ਆਪਣੀ ਪਛਾਣ, ਆਪਣੀ ਆਈਡੈਂਟੀ ਕਿਵੇਂ ਸੁਰੱਖਿਅਤ ਰੱਖਣੀ ਚਾਹੁੰਦੇ ਹੋ ਜੀ। ਜੀ, ਅਤੇ ਕੈਨੇਡਾ ਦੇ ਵਿੱਚ ਧੋਖਾਧੜੀ ਕਰਨ ਵਾਲੇ ਦੂਜੇ ਦੇਸ਼ਾਂ ਵਿੱਚ ਬੈਠੇ ਲੋਕਾਂ ਤੱਕ ਵੀ ਕੈਨੇਡੀਅਨ ਕਾਨੂੰਨ ਪਹੁੰਚ ਸਕਦਾ ਕਿ ਨਹੀਂ ਜੀ? ਯੂਨੋ ਕੁਝ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ ਭਾਰਤ ਵਿੱਚ ਇੱਕ ਅਪਰਾਧਿਕ ਸਮੂਹ ਕੰਮ ਕਰ ਰਿਹਾ ਸੀ ਜੋ ਕੈਨੇਡਾ ਦੇ ਲਗਭਗ ਹਰ ਫੋਨ ਨੰਬਰ 'ਤੇ ਕਾਲ ਕਰਦਾ ਹੁੰਦਾ ਸੀ। ਕੈਨੇਡੀਅਨ ਅਤੇ ਭਾਰਤ ਪੁਲਿਸ ਨੇ ਇਹ ਗਰੋਹ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕੀਤਾ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਧੋਖਾਧੜੀ ਕਰਕੇ ਲੱਖਾਂ ਹੀ ਡਾਲਰ ਠੱਗ ਚੁੱਕੇ ਸਨ ਜੀ। ਅਮੈਰੀਕਾ ਅਸਲ ਵਿੱਚ ਦੂਜੇ ਦੇਸ਼ਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਨਿਆਂ ਦਾ ਸਾਹਮਣਾ ਕਰਨ ਲਈ ਅਮੈਰੀਕਾ ਲਿਆਵੇਗਾ। ਕੈਨੇਡਾ ਆਮ ਤੌਰ 'ਤੇ ਸਿਰਫ ਤਾਂ ਹੀ ਗ੍ਰਿਫਤਾਰ ਕਰੂਗਾ ਜੇ ਉਹ ਵਿਅਕਤੀ ਕੈਨੇਡਾ 'ਚ ਦਿਖਾਈ ਦਿੰਦੇ ਜੀ। ਰਾਈਟ, ਅਤੇ ਨਿਵੇਸ਼ ਧੋਖਾਧੜੀ, ਇਹ ਜਿਹੜੀ ਇਨਵੈਸਟਮੈਂਟ ਫਰੋਡ ਹੁੰਦੇ ਨੇ, ਇਹਦੇ ਤੋਂ ਬਚਾਉਣ ਲਈ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੀ? ਤੁਹਾਨੂੰ ਯੂਨੋ ਹਮੇਸ਼ਾ ਹੀ ਲਾਇਸੈਂਸ ਸ਼ੁਦਾ ਸਲਾਹਕਾਰਾਂ ਨਾਲ ਹੀ ਕੰਮ ਕਰਨਾ ਚਾਹੀਦਾ ਅਤੇ ਕਿਸੇ ਨਵੇਂ ਇਨਵੈਸਟਰ ਨਾਲ ਕੰਮ ਕਰਨ ਸਮੇਂ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਜੀ। ਪੈਸਾ ਇਨਵੈਸਟ ਕਰਨ ਲਈ ਤੁਹਾਡਾ ਬੈਂਕ ਆਮ ਤੌਰ 'ਤੇ ਮੋਸਟ ਆਫ ਦਾ ਟਾਈਮ ਯੂਨੋ ਇੱਕ ਸੁਰੱਖਿਅਤ ਅਦਾਰਾ ਹੁੰਦਾ ਜੀ। ਇਨਵੈਸਟਮੈਂਟ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰੋ। ਤੁਹਾਨੂੰ ਸਿਰਫ ਸੰਪਰਕ ਕਰਨ ਵਾਲਿਆਂ 'ਤੇ ਹੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜਿੰਨੇ ਵੀ ਸਵਾਲ ਪੁੱਛ ਸਕਦੇ ਹੋ ਜੋ ਨਹੀਂ ਪੁੱਛੋ ਜੀ। ਤੁਹਾਡੇ ਨਾਲ ਧੋਖਾਧੜੀ ਕਰਨ ਵਾਲੇ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਨਵੈਸਟਮੈਂਟ ਨੂੰ ਘੋਖੋ ਜਾਂ ਉਹਨੂੰ ਵੇਖੋ ਅਤੇ ਸਿਰਫ ਇਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਦੀ ਗੱਲਬਾਤ 'ਤੇ ਭਰੋਸਾ ਕਰਕੇ ਹੀ ਉਹਨਾਂ ਦਾ ਵਿਸ਼ਵਾਸ ਕਰੋ ਅਤੇ ਆਪਣੇ ਯੂਨੋ ਕਿਰਤ ਕਮਾਈ ਉਹਨਾਂ ਦੇ ਹਵਾਲੇ ਕਰ ਦਿਓ। ਯੂਨੋ ਕਈ ਵਾਰ ਲੋਕ ਯੂਨੋ ਇਹਨਾਂ ਦੇ ਝਾਂਸੇ 'ਚ ਆ ਜਾਂਦੇ ਹਾਂ ਜੀ। ਤੁਹਾਨੂੰ ਉਈ ਯੂਨੋ ਮੈਪ 'ਤੇ ਬਿਲਡਿੰਗ ਜੀ ਬਣਾ ਕੇ ਦਿਖਾ ਦੇਣਗੇ 50 ਸਟੋਰੀ 'ਤੇ, ਤੁਹਾਨੂੰ ਕਹਿਣਗੇ ਵੀ ਆਹ ਲਓ ਜੀ ਅੱਜ ਤੁਸੀਂ $50,000 ਇਨਵੈਸਟ ਕਰ ਦਿਓ, ਕੱਲ੍ਹ ਨੂੰ ਤੁਹਾਨੂੰ $2,00,000 ਬਣ ਜੂਗਾ। ਸੋ ਬੀ ਵੈਰੀ ਵੈਰੀ ਕੇਅਰਫੁਲ। ਜੇ ਤੁਸੀਂ ਇਸ ਤਰ੍ਹਾਂ ਦੇ ਜਾਲ 'ਚ ਫਸ ਜਾਂਦੇ ਹੋ ਤਾਂ ਫਿਰ ਤੁਹਾਡੇ ਪੈਸੇ ਇਸ ਤਰ੍ਹਾਂ ਗਾਇਬ ਹੋ ਜਾਣਗੇ ਜਿਵੇਂ ਕਿ ਗਧੇ ਦੇ ਸਿਰ ਤੋਂ ਸਿੰਘ ਜੀ। ਅਤੇ ਨਿਵੇਸ਼ ਕਰਦੇ ਵੇਲੇ ਇਹਨਾਂ ਲੁਟੇਰਿਆਂ ਦੇ ਕਿਹੜੇ ਐਕਸ਼ਨਾਂ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ ਜਿਹੜੇ ਸ਼ੱਕੀ ਲੱਗਦੇ ਹੋਣ ਜੀ? ਉਹ ਤੁਹਾਡੇ 'ਤੇ ਖਰੀਦ ਕਰਨ ਲਈ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਐਲਨ ਕੈਟ ਕੇਸ ਵਿੱਚ ਵੀ ਇਸ ਤਰ੍ਹਾਂ ਹੀ ਵਾਪਰਿਆ ਜੀ।
ਵੱਡੇ ਫਾਇਦੇ ਅਤੇ ਘੱਟੋ ਘੱਟ ਨੁਕਸਾਨ ਹੋਣ ਦੇ ਦਾਅਵੇ ਕਰਨਗੇ ਜੀ ਜਾਂ ਵਾਅਦੇ ਕਰਨਗੇ। ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਉਹਨਾਂ ਕੋਲ ਕੋਈ ਸੀਕ੍ਰੇਟ ਗੁਪਤ ਅੰਦਰੂਨੀ ਜਾਣਕਾਰੀ ਹੈ ਜੀ। ਇਹ ਵਿਅਕਤੀ ਇਨਵੈਸਟਮੈਂਟ ਜਾਂ ਸਿਕਿਉਰਿਟੀਜ਼ ਵੇਚਣ ਲਈ ਰਜਿਸਟਰਡ ਨਹੀਂ ਹੁੰਦੇ ਬਿਲਕੁਲ ਵੀ। ਤੁਸੀਂ ਆਪਣੇ ਪੈਸੇ ਲਈ ਬਹੁਤ ਹੀ ਮਿਹਨਤ ਮੁਸ਼ਕਤ ਕੀਤੀ ਹੈ, ਇਸ ਨੂੰ ਸੁਰੱਖਿਅਤ ਰੱਖਣਾ ਤੁਹਾਡਾ ਆਪਣਾ ਫਰਜ਼ ਹੈ ਜੀ। ਤੇ ਐਲਨ ਕੈਟਸ ਹੋਰ ਕਿਹੜੇ ਕਿਹੜੇ ਢੰਗ ਤਰੀਕੇ ਅਪਣਾ ਸਕਦਾ ਸੀ ਜੀ? ਭਾਵੇਂ ਉਹਨਾਂ ਨੂੰ ਅਸਲੀ ਵਕੀਲਾਂ ਦੀ ਮਦਦ ਨਾਲ ਸ਼ਿਕਾਰ ਬਣਾਇਆ ਗਿਆ, ਅਰਸ਼ ਦੇ ਹੋਰ ਪੀੜਤਾਂ ਨੂੰ ਅਦਾਕਾਰਾਂ ਦੁਆਰਾ ਧੋਖਾ ਵੀ ਦਿੱਤਾ ਗਿਆ, ਪਰ ਫਿਰ ਵੀ ਐਲਨ ਕੈਟ ਵੱਲੋਂ ਕੀਤੇ ਗਏ ਇਸ ਖੂਨੀ ਘੱਲੂਘਾਰੇ ਨੂੰ ਰੋਕਿਆ ਜਾ ਸਕਦਾ ਸੀ ਜੀ। ਜਿਵੇਂ ਹੀ ਅਰਸ਼ ਅਤੇ ਸਮੀਰਾ ਨੇ ਕਿਹਾ ਕਿ ਤੁਹਾਨੂੰ ਸਾਡੇ ਹੀ ਵਕੀਲ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਪੈਣਗੀਆਂ ਅਤੇ ਕਿਸੇ ਹੋਰ ਵਕੀਲ ਦੀ ਮਦਦ ਨਹੀਂ ਲੈ ਸਕਦੇ, ਉਹਨਾਂ ਨੂੰ ਉਦੋਂ ਹੀ ਉਸ ਟ੍ਰਾਂਜੈਕਸ਼ਨ ਸੌਦੇ ਤੋਂ ਦੂਰ ਹੋ ਜਾਣਾ ਚਾਹੀਦਾ ਸੀ ਜੀ। ਤੁਹਾਡਾ ਵਕੀਲ ਤੁਹਾਡੀ ਰੱਖਿਆ ਲਈ ਹੈ, ਕੇਵਲ ਤੁਹਾਡੀ ਹੀ ਰੱਖਿਆ ਲਈ। ਜੇ ਉਹਨਾਂ ਨੇ ਆਪਣਾ ਵਕੀਲ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਇਹ ਤਿੰਨ ਲੋਕ ਆਪਣੀਆਂ ਜਾਨਾਂ ਅਤੇ ਹੱਥ ਨਾ ਧੋਂਦੇ ਜੀ। ਜੇ ਕੋਈ ਵੀ ਤੁਹਾਨੂੰ ਝਾਂਸਾ ਦਿੰਦਾ, ਲਾਲਚ ਦਿੰਦਾ ਜਾਂ ਪ੍ਰੈਸ਼ਰ ਪਾਉਂਦਾ ਵੀ ਤੁਸੀਂ ਮੇਰੇ ਹੀ ਲੋਇਰ ਕੋਲ ਜਾਓ, ਤਾਂ ਯੂ ਨੀਡ ਟੂ ਬੀ ਵੈਰੀ ਵੈਰੀ ਕੇਅਰਫੁਲ। ਤੁਹਾਨੂੰ ਉਸੇ ਵੇਲੇ ਸੰਕੇਤ ਹੋਣਾ ਚਾਹੀਦਾ ਵੀ ਦੇਰ ਇਜ਼ ਸਮਥਿੰਗ ਰੌਂਗ। ਤੇ ਬੀ ਸੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਡਿਵੈਲਪਰ ਸੀ ਜਿਹਦਾ ਅਸੀਂ ਨਾਂ ਦਾ ਖੁਲਾਸਾ ਨਹੀਂ ਕਰ ਸਕਦੇ, ਜਿਹਦੇ ਉੱਤੇ 16 ਸਾਲ ਪਹਿਲਾਂ ਕੈਨੇਡੀਅਨ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਕਾਨੂੰਨੀ ਧੋਖਾਧੜੀ ਦੇ ਦੋਸ਼ ਲੱਗੇ ਸਨ, ਪਰ ਉਹਦੇ ਕੇਸ ਦਾ ਮੁਕੱਦਮਾ ਅਜੇ ਵੀ ਸ਼ੁਰੂ ਨਹੀਂ ਹੋਇਆ ਜੀ, ਇਹਦਾ ਕੀ ਕਾਰਨ ਰਿਹਾ? ਸਾਡੀ ਕਾਨੂੰਨੀ ਪ੍ਰਣਾਲੀ ਉਚਿਤ ਪ੍ਰਕਿਰਿਆ 'ਤੇ ਬਣਾਈ ਗਈ ਹੈ ਜੀ। ਲੀਗਲ ਸਿਸਟਮ ਇਜ਼ ਬੇਸਡ ਔਰ ਬਿਲਟ ਔਨ ਡਿਊ ਪ੍ਰੋਸੈਸ। ਇਹਦਾ ਭਾਵ ਅਰਥ ਇਹ ਹੈ ਵੀ ਸਰਕਾਰ ਨੂੰ ਉਹਨਾਂ ਸਾਰੇ ਕਾਨੂੰਨੀ ਅਧਿਕਾਰਾਂ ਦਾ ਸਨਮਾਨ ਕਰਨਾ ਪੈਂਦਾ ਜੋ ਕਾਨੂੰਨ ਦੇ ਤਹਿਤ ਇੱਕ ਵਿਅਕਤੀ ਦਾ ਹੱਕ ਹਨ। ਕੁਝ ਲੋਕ ਇਸ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਡਿਵੈਲਪਰ ਜਿਸਦਾ ਅਪਰਾਧਿਕ ਕੇਸ 16 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਅਜੇ ਵੀ ਇਸਦਾ ਟ੍ਰਾਇਲ ਸ਼ੁਰੂ ਨਹੀਂ ਹੋਇਆ ਅਤੇ ਅਸਲ ਵਿੱਚ ਵਿਸਾਖੀ ਵਾਂਗ ਹੀ ਉਸ ਖਿਲਾਫ ਚੱਲ ਰਹੇ ਕੇਸ ਦੌਰਾਨ ਹੋਰ ਧੋਖਾਧੜੀ ਦੇ ਕੇਸ ਵੀ ਲਗਾਏ ਜਾ ਰਹੇ ਹਨ। ਉਸਨੇ ਆਪਣਾ ਦੋਸ਼ ਵੀ ਕੁਲ ਇਕਵਾਲ ਕਰ ਲਏ, ਫਿਰ ਉਸ ਤੋਂ ਬਾਅਦ ਉਹਨੇ ਆਪਣੀ ਗਿਲਟੀ ਪਲੀ ਵਿਦਰਾਅ ਕਰ ਲਈ, ਕੋਰਟ ਨੇ ਉਹਨੂੰ ਇਜਾਜ਼ਤ ਵੀ ਦੇ ਦਿੱਤੀ, ਉਸਨੇ ਕਈ ਵਾਰ ਵਕੀਲ ਵੀ ਬਦਲੇ, ਇਸ ਲਈ ਇਹ ਕੇਸ ਲਮਕਦਾ ਗਿਆ ਜੀ। ਕਰੰਟਲੀ ਇਸ ਵੇਲੇ ਇਹ ਵਕੀਲ ਜਿਹੜਾ ਆਪਣਾ ਸੋਰੀ ਇਹ ਕੇਸ ਹੈ ਜੀ, ਇਹ ਬੀ ਸੀ ਦੀ ਹਾਈ ਕੋਰਟ ਵਿੱਚ ਚੱਲ ਰਿਹਾ ਜੀ। ਤੇ ਕੀ ਇਹ ਸੱਚ ਹੈ ਜੀ ਕਿ ਜ਼ਿਆਦਾਤਰ ਲੋਕਾਂ ਨਾਲ ਧੋਖਾ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ? ਤੁਸੀਂ ਗੱਲ ਧੋਖੇ ਦੀ ਕਰਦੇ ਜੀ, ਮੈਂ ਤੁਹਾਨੂੰ ਦੱਸਦਾ ਵੀ ਪਿਛਲੇ 30 ਸਾਲਾਂ 'ਚ ਮੇਰੇ ਹੱਥੋਂ ਅਨੇਕਾਂ ਹੀ ਕਤਲ ਦੇ ਕੇਸ ਨਿਕਲ ਚੁੱਕੇ ਹੈ। ਆਮ ਤੌਰ 'ਤੇ ਜਿਹੜੀਆਂ ਸਟੱਡੀਜ਼ ਆਈਆਂ ਜੀ, ਉਹਨਾਂ 'ਚ ਇਹ ਦਰਸਾਇਆ ਜਾਂਦਾ ਵੀ ਜਿੱਥੇ ਕਤਲ ਹੁੰਦੇ ਆ ਉੱਥੇ ਵੀ ਕੋਈ ਨਾ ਕੋਈ ਤੁਹਾਡੀ ਰਿਲੇਸ਼ਨਸ਼ਿਪ ਹੁੰਦੀ, ਨਜ਼ਦੀਕੀ ਹੁੰਦੀ ਹੈ, ਤੁਹਾਨੂੰ ਤੁਸੀਂ ਜਾਣ ਪਛਾਣ ਹੁੰਦੀ ਆ, ਉੱਥੇ ਆਮ ਤੌਰ 'ਤੇ ਕਤਲ ਦੇ ਕੇਸ ਹੁੰਦੇ ਆ, ਪਰ ਦੇਰ ਆਰ ਆਲਵੇਜ਼ ਐਕਸੈਪਸ਼ਨ ਜੀ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਜੇ ਕੋਈ ਅਜਨਬੀ ਤੁਹਾਡੇ ਦਰਵਾਜ਼ੇ 'ਤੇ ਦਸਤਕ ਦਿੰਦਾ ਅਤੇ ਤੁਹਾਨੂੰ ਕਹਿੰਦਾ ਵੀ ਚਾਈਨਾ ਵਿੱਚ ਇੱਕ ਨਵੀਂ ਗੋਲਡ ਦੀ ਮਾਈਨ ਹੈ, ਉਹਦੇ ਵਿੱਚ ਤੁਹਾਨੂੰ$50,000 ਦਾ ਇਨਵੈਸਟਮੈਂਟ ਕਰਨ ਦਾ ਸੱਦਾ ਦਿੰਦਾ, ਤਾਂ ਤੁਸੀਂ ਸ਼ਾਇਦ ਉਸਨੂੰ ਦਫਾਓ ਜਾਣ ਲਈ ਕਹੋਗੇ ਜੀ। ਜੇ ਕਿਸੇ ਦੋਸਤ ਨੇ ਐਲਨ ਕੈਟਸ ਨੂੰ ਅਰਸ਼ ਮਿਸਾਗੀ ਦੀ ਸਿਫਾਰਿਸ਼ ਨਾ ਕੀਤੀ ਹੁੰਦੀ ਤਾਂ ਸ਼ਾਇਦ ਉਹ ਦੋਵੇਂ ਅੱਜ ਵੀ ਜਿੰਦਾ ਹੁੰਦੇ ਜੀ। ਜ਼ਿਆਦਾਤਰ ਧੋਖਾਧੜੀ ਕਤਲੇਆਮ ਉਹਨਾਂ ਲੋਕਾਂ ਦੁਆਰਾ ਕੀਤਾ ਜਾਂਦਾ ਜਿਨ੍ਹਾਂ ਨੂੰ ਪੀੜਤ ਜਾਣਦੇ ਹਨ, ਚਾਹੇ ਉਹ ਦੋਸਤ ਹੋਵੇ, ਗੁਆਂਢੀ ਹੋਵੇ, ਰਿਸ਼ਤੇਦਾਰ ਹੋਵੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਅਕੁਆਇੰਟੈਂਸ ਹੋਵੇ ਜੀ। ਤੁਹਾਡੇ ਵੱਲੋਂ ਉਹਨਾਂ ਲੋਕਾਂ 'ਤੇ ਭਰੋਸਾ ਕਰਨਾ ਅਤੇ ਉਹਨਾਂ ਨੂੰ ਆਪਣਾ ਪੈਸਾ ਸੌਂਪਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਜਿੱਥੇ ਤੁਹਾਡਾ ਮਾੜਾ ਮੋਟਾ ਤੁਸੀਂ
ਕਿਸੇ ਨੂੰ ਪਹਿਲਾਂ ਜਾਣਦੇ ਹੋਵੋ, ਕੋਈ ਰਿਸ਼ਤੇਦਾਰੀ ਹੋਵੇ ਜਾਂ ਦੋਸਤੀ ਜਾਂ ਮਿੱਤਰਤਾ ਹੋਵੇ ਜੀ। ਰਾਈਟ ਜੀ। ਅਤੇ ਆਈ ਡੀ ਥੈਫਟ ਜਿਹੜੀ ਹੈ, ਸਾਡੀ ਆਈਡੈਂਟੀ ਚੋਰੀ ਹੁੰਦੀ ਹੈ, ਉਹਦੇ ਤੋਂ ਕਿਵੇਂ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ ਜੀ? ਇਸ ਤੋਂ ਪਹਿਲਾਂ ਕਿ ਕੋਈ ਤੁਹਾਡੀ ਪਛਾਣ ਚੋਰੀ ਕਰ ਲਵੇ, ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖੋ। ਚੋਰਾਂ ਨੂੰ ਤੁਹਾਡਾ ਨਾਂ, ਡੇਟ ਆਫ ਬਰਥ, ਸੋਸ਼ਲ ਇੰਸ਼ੋਰੈਂਸ ਨੰਬਰ ਅਤੇ ਹੋਰ ਜਾਣਕਾਰੀ ਦੀ ਲੋੜ ਹੁੰਦੀ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਹਰ ਕਾਗਜ਼ ਪੱਤਰ ਨੂੰ ਸ਼ਰੈਡ ਕਰ ਦਿਓ ਜਿਸ 'ਤੇ ਵੀ ਤੁਹਾਡਾ ਨਾਂ ਜਾਂ ਕੋਈ ਪਰਸਨਲ ਇਨਫੋਰਮੇਸ਼ਨ ਹੈ ਜੀ। ਆਪਣੀ ਜਿਹੜੀ ਮੇਲ ਹੈ ਉਹਨੂੰ ਸੁਰੱਖਿਅਤ ਰੱਖੋ। ਇਹ ਯੂ ਨੋ ਮੇਕ ਸ਼ੋਰ ਕਰੋ ਵੀ ਕੋਈ ਵੀ ਇਸ ਨੂੰ ਆਸਾਨੀ ਨਾਲ ਚੋਰੀ ਨਾ ਕਰ ਸਕੇ। ਇਸ ਨੂੰ ਰੈਗੂਲਰਲੀ ਆਪਣੇ ਮੇਲ ਬਾਕਸ 'ਚੋਂ ਕੱਢਦੇ ਰਹੋ ਜੀ। ਆਪਣੇ ਬੈਂਕ ਅਤੇ ਕ੍ਰੈਡਿਟ ਕਾਰਡ ਰੈਕਟਸ ਦੀ ਨਿਯਮਿਤ ਤੌਰ 'ਤੇ ਯੂ ਨੋ ਸਮੀਖਿਆ ਕਰੋ। ਮੇਕ ਸ਼ੋਰ ਯੂ ਚੈੱਕ ਇਟ ਰੈਗੂਲਰਲੀ ਜੀ। ਆਪਣੀ ਕ੍ਰੈਡਿਟ ਰੇਟਿੰਗ ਦੀ ਵੀ ਜਾਂਚ ਜ਼ਰੂਰ ਕਰੋ ਐਵਰੀ ਈਅਰ, ਇਹ ਦੇਖਣ ਲਈ ਵੀ ਤੁਹਾਡੇ ਨਾਂ 'ਤੇ ਲੋਨ ਲੈਣ ਦੀ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਜੀ। ਅਤੇ ਫਾਈਨਲ ਵਰਡ ਸਰ। ਰਿਸ਼ੀ ਜੀ, ਯੂ ਨੋ ਕੈਨੇਡਾ ਇਜ਼ ਅ ਨੇਸ਼ਨ ਆਫ ਲਾਸ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ਜੀ। ਖੁਦਕੁਸ਼ੀ ਇੱਕ ਅਸਥਾਈ ਸਮੱਸਿਆ ਦਾ ਸਥਾਈ ਹੱਲ ਹੈ। ਸੁਸਾਈਡ ਇਜ਼ ਅ ਪਰਮਾਨੈਂਟ ਸੋਲਿਊਸ਼ਨ ਟੂ ਅ ਟੈਂਪਰੇਰੀ ਪ੍ਰੋਬਲਮ। ਐਲਨ ਕੈਸ ਦੀ ਵਿਧਵਾ ਅਤੇ ਬੱਚੇ ਅਰਸ਼ ਵਿਸਾਖੀ 'ਤੇ ਮੁਕੱਦਮਾ ਜਾਰੀ ਰੱਖ ਰਹੇ ਹਨ। ਸਿਰਫ ਸਮਾਂ ਹੀ ਦੱਸੂਗਾ ਕਿ ਉਹਨਾਂ ਨੂੰ ਨਿਆਂ ਮਿਲਦਾ ਹੈ ਜਾਂ ਫਿਰ ਇੱਕ ਵਾਰ ਕਿਸਮਤ ਫਿਰ ਧੋਖਾ ਦੇ ਜਾਵੇਗੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਇਹ ਮੇਰਾ ਆਪਣਾ ਕੇਸ ਹੈ ਜਿਹੜਾ ਕਿ ਯੂ ਨੋ ਬਹੁਤ ਹੀ ਸੀਰੀਅਸ ਕੇਸ ਸੀਗਾ ਅਲਬਰਟਾ ਦਾ। ਉਸ ਕੇਸ ਵਿੱਚ ਅਤੀਤ ਦੇ ਨਤੀਜੇ ਜ਼ਰੂਰੀ ਤੌਰ 'ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ ਜੀ, ਗੂਗਲ 'ਤੇ ਜਾਓ, bridgemont.com 'ਤੇ ਤੁਸੀਂ ਮੇਰੇ ਬਾਰੇ, ਮੇਰੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਯੂ ਨੋ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਕੈਲਗਰੀ ਦਾ ਜੀ 403-717-8880, 403-717-8880। ਸਾਡਾ ਦਫ਼ਤਰ ਜੀ ਨੌਰਥ ਈਸਟ 36 ਸਟਰੀਟ 108 ਐਵਨਿਊ ਦੇ ਕਾਰਨਰ 'ਤੇ, 37T108 ਐਵਨਿਊ, ਯੂਨਿਟ ਨੰਬਰ 1211, ਸੈਕਿੰਡ ਫਲੋਰ 'ਤੇ ਜੀ, ਜੈਕਸਨਪੋਰਟ ਪ੍ਰੋਫੈਸ਼ਨਲ ਬਿਲਡਿੰਗ ਜੀ। ਆਖਿਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਵੀ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਅੱਜ ਦੇ ਯੂ ਨੋ ਜੇ ਆਪਾਂ ਜਿੰਨੀ ਵੀ ਆਪਾਂ ਗੱਲਬਾਤ ਕਰੀਏ, ਇਹਦਾ ਜਿਹੜਾ ਸਾਰਾਂਸ਼ ਜਾਂ ਮੋਰਲ ਕੱਢੀਏ, ਉਹ ਉਹੀ ਹੈ ਕਿ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸੋ ਮੇਕ ਸ਼ੋਰ ਤੁਸੀਂ ਆਪਣੀ ਮਿਹਨਤ ਮੁਸ਼ੱਕਤ ਦੀ ਜਿਹੜੀ ਕਿਰਤ ਕਮਾਈ ਹੈ ਉਹਨੂੰ ਸੋਚ ਸਮਝ ਕੇ ਇਨਵੈਸਟ ਕਰੋ। ਧੋਖਾ ਤੜੀਆਂ ਤੋਂ, ਧੋਖੇਬਾਜ਼ਾਂ ਤੋਂ ਬਚੋ, ਕਿਉਂਕਿ ਉਹਨਾਂ ਨੇ ਤੁਹਾਨੂੰ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰਨੀ ਹੈ, ਜਿਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਕਰਕੇ ਝੂਠੇ ਝਾਂਸੇ ਦੇ ਕੇ। ਬੀ ਵੈਰੀ ਵੈਰੀ ਕੇਅਰਫੁਲ ਜੀ। ਬਹੁਤ ਸ਼ੁਕਰੀਆ ਵਕੀਲ ਸਾਹਿਬ, ਥੈਂਕ ਯੂ ਵੈਰੀ ਮੱਚ ਸਰ।